Subscribe now. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਸ਼ਿਸ਼ ਕਰਾਂਗੀ 2 ਮਿੰਟਾਂ 'ਚ ਦੋ ਗੱਲਾਂ ਕਹਿ ਕੇ ਫਤਿਹ ਬੁਲਾਵਾਂ। ਅੰਮ੍ਰਿਤਸਰ ਦੇ ਰਹਿਣ ਵਾਲਾ ਇੱਕ ਹਿੰਦੂ ਵੀਰ ਸੀ, ਕੈਲਾਸ਼ ਚੰਦਰ। ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲਾ ਹਿੰਦੂ ਵੀਰ ਹੈ ਕੈਲਾਸ਼ ਚੰਦਰ। ਉਹਦੀ ਕਰਿਆਨੇ ਦੀ ਦੁਕਾਨ ਆ ਅਤੇ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ, ਸਾਰਾ ਸਮਾਨ ਮੱਚ ਗਿਆ। ਗਰੀਬ ਪਰਿਵਾਰ ਹੈ, ਦੁਬਾਰੇ ਦੁਕਾਨ ਚਲਾਉਣ ਜੋਗਾ ਪੈਸਾ ਨਹੀਂ ਉਹਦੇ ਕੋਲ। ਉਹ ਰੋਂਦਾ ਕਰਲਾਉਂਦਾ ਅਕਾਲ ਤਖ਼ਤ ਸਾਹਿਬ ਤੇ ਬਾਬਾ ਜਰਨੈਲ ਸਿੰਘ ਦੇ ਕੋਲ ਆ ਗਿਆ। ਬਾਬਾ ਜਰਨੈਲ ਸਿੰਘ ਨੂੰ ਆ ਕੇ ਕਹਿੰਦਾ ਬਾਬਾ, ਮੇਰਾ ਸਾਰਾ ਕੁਝ ਉੱਜੜ ਗਿਆ, ਮੇਰੇ ਬੱਚੇ ਭੁੱਖੇ ਮਰ ਜਾਣਗੇ, ਮੇਰੇ ਬੱਚੇ ਰੁਲ ਜਾਣਗੇ, ਮੈਂ ਆਪਣੇ ਬੱਚਿਆਂ ਨੂੰ ਕੀ ਕਮਾ ਕੇ ਖਵਾਵਾਂ, ਮੇਰੇ ਛੋਟੇ ਛੋਟੇ ਬੱਚੇ ਰੁਲ ਜਾਣਗੇ। ਮੇਰੀ ਦੁਕਾਨ ਨੂੰ ਅੱਗ ਲੱਗ ਗਈ। ਤੇ ਬਾਬਾ ਜਰਨੈਲ ਸਿੰਘ ਕਹਿੰਦਾ, ਸਿੱਖਾਂ ਦੇ ਹੁੰਦਿਆਂ ਹੋਇਆਂ ਤੇਰੇ ਬੱਚੇ ਕਿਵੇਂ ਰੁਲ ਜਾਣਗੇ, ਕੋਈ ਸਿੱਖ ਕਿਸੇ ਗਰੀਬ ਦੇ ਨਮਾਣੇ ਦੇ ਬੱਚੇ ਕਿਵੇਂ ਰੋਲ ਦੇਗਾ, ਦੱਸ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਬਾਬਾ ਮੈਨੂੰ 100 ਰੁਪਈਆ ਦੇ ਦੇ, ਬਾਕੀ ਮੈਂ ਹੋਰ ਦੁਕਾਨਾਂ ਤੋਂ, ਪਿੰਡ ਵਾਲਿਆਂ ਤੋਂ ਜਾਂ ਸ਼ਹਿਰ ਵਾਲਿਆਂ ਤੋਂ ਇਕੱਠੇ ਕਰ ਲਾਂਗਾ ਤੇ ਮੈਂ ਆਪਣਾ ਕੰਮ ਦੁਬਾਰੇ ਤੋਰ ਲਾਂਗਾ। ਬਾਬਾ ਜਰਨੈਲ ਸਿੰਘ ਨੇ ਉਸ ਹਿੰਦੂ ਵੀਰ ਕੈਲਾਸ਼ ਚੰਦਰ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਆਪਣੇ ਗੀਜੇ ਚੋਂ ਕੱਢ ਕੇ 500 ਦਾ ਨੋਟ ਦਿੱਤਾ ਤੇ ਆਪਣਾ ਮੱਥਾ ਚੁੰਮ ਕੇ ਆਖਿਆ ਸੀ ਕਿ ਵੀਰ ਮੇਰਿਆ, ਮੈਂ ਤੇਰੇ ਬੱਚੇ ਨਹੀਂ ਰੁਲਣ ਦਿਆਂਗਾ। ਤੇ ਅੱਜ ਇਹ ਦੁਸ਼ਟ ਜਿਹੜੇ ਬਾਬਾ ਜਰਨੈਲ ਸਿੰਘ ਦਾ ਵਾਰਸ ਕਹਾਉਂਦੇ ਆ, ਉਹਨਾਂ ਨੇ ਭਾਈ ਭੁਪਿੰਦਰ ਸਿੰਘ ਦੇ 2 ਬੱਚੇ ਰੋਲ ਕੇ ਰੱਖ ਦਿੱਤੇ ਤੇ ਬਸ਼ਰਮ ਹਲੇ ਆਪਣੇ ਆਪ ਨੂੰ ਬਾਬਾ ਜਰਨੈਲ ਸਿੰਘ ਦੇ ਵਾਰਸ ਕਹਾਉਂਦੇ ਆ। ਬਾਬਾ ਜਰਨੈਲ ਸਿੰਘ ਹਿੰਦੂਆਂ ਦੇ ਬੱਚੇ ਨਹੀਂ ਰੋਲਣ ਦਿੰਦਾ, ਕਹਿੰਦਾ ਮੇਰੇ ਹੁੰਦੇ ਤੁਹਾਡੇ ਬੱਚੇ ਕਿਵੇਂ ਰੁਲ ਜਾਣਗੇ। ਤੇ ਇਹਨਾਂ ਲੋਕਾਂ ਨੇ ਵੀਰ ਭੁਪਿੰਦਰ ਸਿੰਘ ਦੇ 8 ਤੇ 6 ਸਾਲ ਦੇ ਬੱਚੇ, ਇਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਵੇਖਣ, ਉਹ ਲੋਕ ਜਿਹੜੇ ਉਹਨਾਂ ਦੋਸਤਾਂ ਉੱਤੇ ਫੁੱਲ ਸੁੱਟਦੇ ਆ, ਜਿਹਨਾਂ ਦੇ ਪਿਓ ਦੀਆਂ ਇਹਨਾਂ ਨੇ ਹੱਡੀਆਂ ਰੋਲਦੀਆਂ ਨਾ, ਇਹ ਲੋਕ ਕਹਿੰਦੇ ਬਹੁਤ ਕੀਤੇ ਹੋਏ ਕੰਮ ਦੀ ਅਸੀਂ ਕਦਰ ਕਰਦੇ ਹਾਂ, ਮੀਡੀਆ 'ਚ ਬਹਿ ਕੇ ਕਹਿੰਦੇ ਆ ਲੋਕ। ਤੇ ਕਿਸੇ ਕਵੀ ਨੇ ਬੜੀ ਸੋਹਣੀ ਗੱਲ ਲਿਖੀ ਸੀ, ਆ ਜੁੱਤੀ ਚੱਕ ਲੋਕ ਜਿਹੜੇ ਵਾਰਸ ਬਣੇ ਫਿਰਦੇ ਆਪਣੇ ਆਪ ਨੂੰ, ਉਹ ਕਹਿੰਦੇ ਬਾਬਾ ਜਰਨੈਲ ਸਿੰਘ ਬਾਰੇ ਲਿਖਦੇ, ਕਹਿੰਦੇ ਤੂੰ ਪੈਰਾਂ ਵਿੱਚ ਬਿਠਾਉਂਦਾ ਸੀ, ਕਹਿੰਦੇ ਬਾਬਾ ਜਦੋਂ ਤੂੰ ਮੈਕ ਤੇ ਬੋਲਦਾ ਸੀ ਨਾ ਤੇ ਲੀਡਰ ਤੇਰੇ ਪੈਰਾਂ 'ਚ ਬੈਠੇ ਹੁੰਦੇ ਸੀ, ਤੂੰ ਪੈਰਾਂ ਵਿੱਚ ਬਿਠਾਉਂਦਾ ਸੀ, ਇਹ ਪੈਰਾਂ ਦੇ ਵਿੱਚ ਬਹਿੰਦੇ ਨੇ, ਲੀਡਰ ਬਣੇ ਫਿਰਦੇ ਨਾ ਤੁਸੀਂ ਵੇਖਿਆ, ਤੂੰ ਪੈਰਾਂ ਵਿੱਚ ਬਿਠਾਉਂਦਾ ਸੀ, ਇਹ ਪੈਰਾਂ ਦੇ ਵਿੱਚ ਬਹਿੰਦੇ ਨੇ, ਤੂੰ ਧਰਮ ਲਈ ਜ਼ਿੰਦੜੀ ਵਾਰ ਗਿਆ, ਇਹ ਕੁਰਸੀਆਂ ਖਾਤਰ ਕਹਿੰਦੇ ਨੇ, ਸ਼੍ਰੋਮਣੀ ਕਮੇਟੀ ਦੀਆਂ ਟੈਂਟਾਂ ਮੰਗਦੇ ਫਿਰਦੇ, ਜੁੱਤੀਆਂ ਜਾਪਦੇ ਫਿਰਦੇ, ਤੂੰ ਧਰਮ ਲਈ ਜ਼ਿੰਦੜੀ ਵਾਰ ਗਿਆ, ਇਹ ਕੁਰਸੀਆਂ ਖਾਤਰ ਕਹਿੰਦੇ ਨੇ, ਤੂੰ ਲੋਹਾ ਸੋਨਾ ਕਰਦਾ ਸੀ, ਕਿ ਇਹ ਵੀ ਉਹੀ ਵਾਰਸ ਨੇ, ਸਾਨੂੰ ਸੱਚ ਦੱਸੀ ਜਰਨੈਲ ਸਿੰਘਾ ਕਿ ਇਹ ਤੇਰੇ ਵਾਰਸ ਨੇ। ਜੇ ਏਦਾਂ ਦੇ ਗਦਾਰਾਂ ਤੋਂ, ਸਿੱਖ ਕੌਮ ਦੇ ਦੁਸ਼ਮਣਾਂ ਤੋਂ, ਸਿੱਖਾਂ ਦੇ ਬੱਚਿਆਂ ਨੂੰ ਅਨਾਥ ਕਰਨ ਵਾਲੇ ਦੋਸਤਾਂ ਤੋਂ ਜੇ ਕੌਮ ਦਾ ਖਹਿੜਾ ਛਡਾਉਣਾ ਚਾਹੁੰਦੇ ਹੋ ਤਾਂ ਇੱਕੋ ਜਕਾਰੇ ਨਾਲ ਹਮ ਵੀ ਭਰ ਦਿਓ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe now. Like it.